ਕਿਉਂ ਨਾ ਵੀ ਇੱਕ ਤਰੀਕ ਨੂੰ ਆਪਦੇ ਇਸ ਭਰਾ ਨੂੰ ਕਾਮਯਾਬ ਬਣਾ ਕੇ ਭੇਜੋ। ਮੈਂ ਤੁਹਾਨੂੰ ਸੱਚ ਦੱਸਦਾ, ਮੈਨੂੰ ਜੋ ਲੁਧਿਆਣਾ ਦੇ ਲੋਕਾਂ ਨੇ ਪਿਆਰ ਦਿੱਤਾ ਮੈਂ ਉਹ ਕਦੇ ਭੁਲਾ ਨਹੀਂ ਸਕਦਾ। ਮੈਂ ਅਕਸਰ ਆਪਦੇ ਭਾਸ਼ਣ ਚ ਬੋਲਦਿਆਂ ਗੱਲ ਕਹਿੰਦੇ, ਮੇਰੀ ਮਾਤਾ ਚਲੀ ਗਈ ਜਦੋਂ ਮੈਂ 6 ਸਾਲ ਦਾ ਸੀਗਾ, ਮੇਰਾ ਬਾਪ ਚਲਾ ਗਿਆ ਜਦੋਂ ਮੈਂ 9 ਸਾਲ ਦਾ ਸੀਗਾ। ਲੇਕਿਨ ਜਦੋਂ ਮੈਂ ਗਿੱਦੜਵਾ ਦੀ ਧਰਤੀ ਤੇ 2012 ਚ ਗਿਆ ਤੇ ਲੋਕਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਕਿ ਮੈਨੂੰ ਮੇਰੀ ਮਾਂ ਤੇ ਬਾਪ ਦੀ ਕਮੀ ਮਹਿਸੂਸ ਨਹੀਂ ਹੋਈ। ਅੱਜ ਉਸੇ ਤਰ੍ਹਾਂ ਦਾ ਨਜ਼ਾਰਾ ਲੁਧਿਆਣਾ ਦੇ ਵਿੱਚ ਵੇਖਣ ਨੂੰ ਮਿਲ ਰਿਹਾ। ਰਾਤ ਨੂੰ 12 ਵਜੇ, ਰਾਤ ਨੂੰ 11:30 ਵਜੇ ਕੁਲਫੀ ਵਾਲੀ ਰੇਹੜੀ ਤੇ ਵਾਲ ਕੱਟਣ ਵਾਲੀ ਦੁਕਾਨ ਵਾਲਾ ਬੰਦਾ, ਫੁੱਲ ਵੇਚਣ ਵਾਲਾ ਬੰਦਾ, ਰਿਕਸ਼ਾ ਤੇ ਆਟੋ ਰਿਕਸ਼ਾ ਚਲਾਉਣ ਵਾਲਾ ਬੰਦਾ, ਜੁੱਤੇ ਬਣਾਉਣ ਵਾਲਾ ਬੰਦਾ ਮੁਸਕਰਾ ਕੇ ਮੇਰੇ ਵੱਲ ਹੱਥ ਲਾਉਂਦਾ ਤੇ ਮੈਨੂੰ ਉਹਦੀਆਂ ਅੱਖਾਂ ਦੇ ਵਿੱਚ ਪਿਆਰ ਨਜ਼ਰ ਆਉਂਦਾ। ਮੇਰਾ 25 ਸਾਲ ਦਾ ਰਾਜਨੀਤਿਕ ਤਜੁਰਬਾ ਇਹ ਗੱਲ ਦੱਸਦਾ ਕਿ ਬਹੁਤ ਵੱਡੀ ਕਿਰਪਾ ਲੁਧਿਆਣੇ ਦੇ ਲੋਕਾਂ ਨੇ ਕਰਨੀ ਹੈ, ਇਹ ਲੋਕਾਂ ਦੇ ਅੱਖਾਂ ਦੇ ਵਿੱਚ ਮੈਂ ਮਹਿਸੂਸ ਕਰਦਾ। ਸੋ ਮੈਂ ਤੁਹਾਡਾ ਧੰਨਵਾਦ ਨਹੀਂ ਕਰ ਸਕਦਾ ਜਿਸ ਪ੍ਰਕਾਰ ਦਾ ਤੁਸੀਂ ਮੈਨੂੰ ਪਿਆਰ ਦਿੱਤਾ, ਕਿਉਂਕਿ ਮੈਂ ਲੁਧਿਆਣਾ ਦੇ ਲੋਕਾਂ ਦੇ ਵਾਸਤੇ ਕੁਝ ਨਹੀਂ ਕੀਤਾ। ਆਈ ਹੈਵ ਡਨ ਨਥਿੰਗ ਫਾਰ ਲੁਧਿਆਣਾ ਟਿਲ ਟੂਡੇ, ਟੂ ਬੀ ਵੈਰੀ ਓਨੈਸਟ। ਬਟ ਹਾਂ, ਬੰਦੇ ਦੇ ਕਿਰਦਾਰ ਤੋਂ ਤੁਸੀਂ ਬੰਦੇ ਨੂੰ ਪਹਿਚਾਣ ਸਕਦੇ ਹੋ। ਯੂ ਕੈਨ ਵਾਚ ਮੀ ਔਨ ਗੂਗਲ, ਯੂ ਕੈਨ ਵਾਚ ਮੀ ਔਨ ਯੂਟਿਊਬ, ਯੂ ਕੈਨ ਵਾਚ ਮੀ ਔਨ ਫੇਸਬੁੱਕ, ਯੂ ਕੈਨ ਵਾਚ ਮੀ, ਯੂ ਕੈਨ ਵਾਚ ਮਾਈ ਐਕਟੀਵਿਟੀਜ਼ ਮਗਰਲੇ 12 ਸਾਲ ਦੀਆਂ। ਐਂਡ ਤੁਹਾਨੂੰ ਪਤਾ ਲੱਗ ਜੂਗਾ ਕਿ ਰਾਜਾ ਵੜਿੰਗ ਕੀ ਨਾ ਚੀਜ਼ ਹੈ। ਮੈਂ ਹਮੇਸ਼ਾ ਕੌਜ਼ ਵਾਸਤੇ ਲੜਿਆ, ਮੁੱਦੇ ਵਾਸਤੇ ਲੜਿਆ, ਭਾਵੇਂ ਆਪਦੀ ਪਾਰਟੀ ਨਾਲ ਲੜਨਾ ਪਿਆ ਹੋਵੇ। ਮੈਂ ਲੜਿਆ ਅਮਰਿੰਦਰ ਸਿੰਘ ਦੇ ਨਾਲ। ਅਮਰਿੰਦਰ ਸਿੰਘ ਡਰਦਾ ਸੀ ਕਿ ਰਾਜੇ ਵੜਿੰਗ ਨੂੰ ਮੰਤਰੀ ਬਣਾਤਾ ਤਾਂ ਫਿਰ ਕੰਮ ਖਰਾਬ ਹੋ ਜਾਏਗਾ, ਕਿਉਂਕਿ ਅਮਰਿੰਦਰ ਸਿੰਘ ਬਾਦਲਾਂ ਨਾਲ ਮਿਲਿਆ ਪਿਆ ਸੀਗਾ। ਬਾਦਲ ਚਾਹੁੰਦੇ ਸੀ ਕਿ ਸਾਡੇ ਜ਼ਿਲ੍ਹੇ ਚ ਅਗਰ ਰਾਜਾ ਵੜਿੰਗ ਮੰਤਰੀ ਬਣ ਗਿਆ ਤੇ ਸਾਡਾ ਬੂਟਾ ਮੁਕੰਮਲ ਪੱਟ ਦੇਗਾ। ਮੈਂ ਉਸ ਹਲਕੇ ਤੋਂ ਚੁਣਾਵ ਲੜਦਾ ਜਿੱਥੇ ਪ੍ਰਕਾਸ਼ ਸਿੰਘ ਬਾਦਲ ਚੁਣਾਵ ਲੜਦੇ ਸਨ, ਗਿੱਦੜਵਾ। ਫਿਰ ਮਨਪ੍ਰੀਤ ਬਾਦਲ ਲੜਿਆ 5 ਵਾਰ। ਮੈਂ ਪਹਿਲੀ ਵਾਰੀ ਮਨਪ੍ਰੀਤ ਬਾਦਲ ਨੂੰ 19,000 ਵੋਟਾਂ ਦੇ ਨਾਲ ਤੁਹਾਡੀ ਕਿਰਪਾ ਦੇ ਨਾਲ ਹਰਾਇਆ। ਪਰ ਅੱਜ ਮੁਕੰਮਲ ਤੌਰ ਤੇ ਬਾਦਲ ਵਾਲਿਆਂ ਦਾ ਬੂਟਾ ਮਾਲਵੇ ਦੇ ਵਿੱਚ, ਬਠਿੰਡੇ, ਮੁਕਤਸਰ ਦੇ ਵਿੱਚ ਖਤਮ ਹੈ। ਸਾਰੇ ਬਾਦਲ ਇਸ ਵਾਰੀ ਲੜ ਗਏ, ਪਰ ਕਿਰਪਾ ਲੋਕਾਂ ਦੀ ਕਿਰਪਾ ਦੇ ਸੀ। ਸੰਜੇ ਤਲਵਾਰ ਮੇਰਾ ਭਰਾ ਅਸ਼ਵਨੀ ਜੀ ਬੈਠੇ, ਇਸ ਵਿਅਕਤੀ ਨੇ ਵੀ ਆਪਦੀ ਮਾਂ ਗਵਾਤੀ, ਇਸ ਵਿਅਕਤੀ ਨੇ ਆਪਦੀ ਧਰਮ ਪਤਨੀ ਗਵਾਤੀ ਲੋਕਾਂ ਦੀ ਸੇਵਾ ਦੇ ਵਿੱਚ। ਔਰ ਮੈਨੂੰ ਲੱਗਦਾ ਇਸ ਇਲਾਕੇ ਦੀ ਤਰੱਕੀ ਜੋ ਸੰਜੇ ਤਲਵਾਰ ਨੇ ਕਰਾਈ ਹੈ, ਇਸ ਤੋਂ ਪਹਿਲਾਂ ਕਦੇ ਇੰਨੀ ਤਰੱਕੀ, ਇੰਨਾ ਪੈਸਾ ਇਸ ਵਾਰ ਚ ਨਹੀਂ ਜਬਰ ਮਿਲਿਆ ਸੀ। ਇਸ ਦੇ ਬਾਵਜੂਦ ਹਾਰ ਕੇ ਬੈਠਾ, ਔਰ ਕਿਹੜਾ ਬੰਦਾ ਜਿਤਾਇਆ ਤੁਹਾਡੇ ਮੁਕਾਬਲੇ? ਆਦਰਨੀਆਂ ਭੁੱਲਾ ਜੀ, ਉਹ ਲੋਕਾਂ ਦੇ ਪਰਚੇ ਕਟਾਈ ਜਾਂਦੇ ਨੇ। ਇੱਕ ਮੇਰੇ ਉਹ ਆਪਣਾ ਬੰਦਾ ਹੈ ਨਾ ਜਿਹਦੇ ਕਰਾਇਆ ਪਰਚਾ, ਜਿਹੜਾ ਕਿਹੜੇ ਵੋਟ ਦਾ, ਆਪਾਂ ਮੁੰਡੇ ਦੇ ਗਏ ਸੀ SC ST ਦਾ, ਤੂੰ ਨਾਲ ਸਰਦਾਰ ਸੀ ਆਪਣਾ, ਉਹ ਆਪਣੇ ਆਪਣਾ ਨਹੀਂ। ਅੱਛਾ, ਬੱਗਾ ਜੀ। ਸੋ ਮੇਰੀ ਬੇਨਤੀ ਹੈ, ਇਹਨਾਂ ਲੋਕਾਂ ਤੋਂ ਬਚੋ ਯਾਰ, ਇਹਨਾਂ ਲੋਕਾਂ ਤੋਂ ਬਚੋ, ਇਹਨਾਂ ਦੀ ਕੋਈ ਵੈਲਿਊ ਨਹੀਂ ਹੈ। ਆਪਣੀਆਂ ਮੁੱਖ ਮੰਤਰੀ ਵੀ ਆਪਦੇ MLA ਨੂੰ ਨਹੀਂ ਪੁੱਛਦਾ।